ਸਾਹਿਬ ਬਿਆਨ ਕਰਨ ਗਿਆ ਉਕਾੜੇ ਦੇ ਇਲਾਕੇ ਤੇ ਮੈਨੂੰ ਭਾਈ ਕਹਿਣ ਲੱਗੇ ਮਾਨਾ ਇੱਥੇ ਕਾਜੀ ਸਾਹਿਬ ਨੇ ਉਹਨਾਂ 10 ਹੱਜ ਕੀਤਾ ਉਹਨਾਂ ਦਾ ਹੋਟਲ ਹੈ ਉਹਨਾਂ ਦੀ ਖਾਇਸ਼ ਹੈ ਵੀ ਕਾਜੀ ਸਾਹਿਬ ਨੂੰ ਇੱਥੇ ਲਿਆਓ ਅਸੀਂ ਖਾਣਾ ਖਾਣਾ ਮੈਂ ਚਲੋ ਯਾਰ ਏਡਾ ਨੇਕ ਬੰਦਾ 10 ਹੱਜ ਤੇ ਆਪਾਂ ਵੀ ਉਹਦੀ ਜ਼ਿਆਰਤ ਕਰੀ ਅਸੀਂ ਚਲੇ ਗਏ ਤੇ ਤੁਹਾਨੂੰ ਪਤਾ ਹੋਟਲਾਂ ਤੇ ਛੋਟੇ ਛੋਟੇ ਅਕਸਰ ਯਤੀਮ ਬੱਚੇ ਹੁੰਦੇ ਉਹ ਕੋਈ 7-8 ਸਾਲ ਦਾ ਬੱਚਾ ਸੀ ਉਹਨੂੰ ਆਇਆ ਸਾਹਿਬ ਬੁਲਾ ਪੁੱਤਰ ਗੱਲ ਸੁਣ ਜੀ ਆ ਜੀ ਉਹਨੇ ਕਿਹਾ ਪਿਛਲੇ ਅੰਦਰੋਂ ਸੋਹਣਾ ਜੱਗ ਦਾ ਸ਼ੀਸ਼ੇ ਵਾਲਾ ਲਿਆ ਕਾਰੀ ਸਾਹਿਬ ਆਏ ਨੇ ਮਹਿਮਾਨ ਨੇ ਤੁਸੀਂ ਪਾਣੀ ਲੈ ਕੇ ਉਹ ਬੱਚਾ ਵਿਚਾਰਾ ਦੌੜਿਆ ਉਹਨੇ ਜੱਗ ਧੋਤਾ ਪਾਣੀ ਲੈ ਲਿਆ ਰਿਹਾ ਸੀ ਉਹਨੂੰ ਠੰਡਾ ਲੱਗਿਆ ਡਿੱਗ ਗਿਆ ਤੇ ਉਹ ਜੱਗ ਟੁੱਟ ਗਿਆ ਤੇ ਫਿਰ ਆ ਜੀ ਉਹਨੇ ਸਿਰੇ ਜਿੰਨੀਆਂ ਜੁੱਤੀਆਂ ਮਾਰੀਆਂ ਮੇਰੇ ਕੋਲ ਮਿਲੀਆਂ ਹੀ ਨਹੀਂ ਮਿਲੀਆਂ ਜਿੰਨੀਆਂ ਉਹਨੂੰ ਗਾਣਾਂ ਦਿੱਤੀਆਂ ਮੈਂ ਕਿਹਾ ਉੱਠੋ ਭਾਈ ਸਾਡੀ ਰੋਟੀ ਹੋ ਗਈ ਮੈਂ ਨੀ ਖਾਣੀ ਰੋਟੀ ਕਸਮ ਕੀ ਬਣਿਆ ਮੈਂ ਕਿਹਾ ਯਾਰ ਤੇਰੇ ਦਿਲ ਚ ਰਸਤਾਨੀਆਂ ਦੀ ਕਦਰ ਹੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਯਤੀਮ ਸਮਝ ਕੇ ਮਾਰ ਲਿਆ ਮਾੜਾ ਸਮਝਦਾ ਬਾਪ ਕੋਲ ਖੜਾ ਹੁੰਦਾ ਮੈਂ ਵੇਖਦਾ ਤੂੰ ਇਹਦੇ ਤੇ ਹੱਥ ਉਠਾਉਂਦਾ ਤੇਰਾ ਆਪਣਾ ਪੁੱਤਰ ਜੱਗ ਤੋੜਨਾ ਮੈਂ ਵੇਖਦਾ ਤੂੰ ਦੰਦਾ ਨਾਲ ਠੁੱਲੇ ਮਾਰ ਮਾੜਾ ਸਮਝ ਕੇ ਮਾਰ ਦਿੰਦੇ ਹੋ ਗਰੀਬ ਸਮਝ ਕੇ ਮਾਰ ਦਿੰਦੇ ਹੋ ਮੈਨੂੰ ਕਿਹਨੇ ਪੁੱਛਣਾ ਹੈ ਅੱਲਾ ਦੀ ਅਦਾਲਤ ਲੱਗੇਗੀ ਤੈਨੂੰ ਛੜਾਉਣਾ ਵੀ ਕਿਸੇ ਨਹੀਂ ਉੱਥੇ ਹਮਦਰਦੀ ਕੋਈ ਨਹੀਂ